ਨਹੀਂ ਸਾਨੂੰ ਵਧੀਆ ਲੱਗਿਆ ਇਹਨਾਂ ਨੇ ਸਨਮਾਨ ਕੀਤਾ, ਕਿਉਂਕਿ ਅੱਗੇ ਤੋਂ ਵੀ ਵੱਧ ਚੜ੍ਹ ਕੇ ਕੰਮ ਕਰਨ ਨੂੰ ਇੱਕ ਉਤਸ਼ਾਹ ਮਿਲਦਾ ਹੈ। ਜਦੋਂ ਤੁਸੀਂ ਕਿਸੇ ਦੇ ਕੰਮ ਦੀ ਰਿਸਪੈਕਟ ਕਰਦੇ ਹੋ ਤਾਂ ਬੰਦਾ ਹੋਰ ਵੀ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਂਦਾ ਉਹ ਕੰਮ ਦੇ ਵਿੱਚ, ਠੀਕ ਹੈ। ਸਾਨੂੰ ਵੀ ਵਧੀਆ ਲੱਗਿਆ ਜਦੋਂ ਵੀ ਅਸੀਂ ਇੱਥੇ ਕੈਂਪ ਲਾਉਣ ਆਉਂਦੇ ਹਾਂ ਤਾਂ ਵਧੀਆ ਸਾਡਾ ਸਨਮਾਨ ਕਰਦੇ ਨੇ, ਵਧੀਆ ਸਾਨੂੰ ਸਹੂਲਤ ਦਿੰਦੇ ਨੇ, ਬੈਠਣ ਨੂੰ ਜਗ੍ਹਾ ਦਿੰਦੇ ਨੇ ਵੀ ਹਾਂ ਤੁਸੀਂ ਇੱਥੇ ਬਹਿ ਕੇ ਕੈਂਪ ਲਾਓ, ਲੋਕਾਂ ਨੂੰ ਤੁਸੀਂ ਸਹੂਲਤਾਂ ਦਿਓ। ਅਸੀਂ ਜਿਵੇਂ BP ਸ਼ੂਗਰ ਵਗੈਰਾ ਚੈੱਕ ਕਰਦੇ ਹਾਂ, ਫ੍ਰੀ ਦਵਾਈਆਂ ਦਿੰਦੇ ਹਾਂ, ਉਹ ਅਸੀਂ ਇੱਕ ਮਹੀਨੇ ਦੇ ਵਿੱਚ ਦੋ ਜਾਂ ਤਿੰਨ ਵਾਰ ਅਸੀਂ ਇੱਥੇ ਜ਼ਰੂਰ ਵਿਜ਼ਿਟ ਕਰਦੇ ਹਾਂ ਇੱਥੇ। ਤੁਹਾਡਾ ਕੀ ਯੋਗਦਾਨ ਰਿਹਾ ਸਿਹਤ ਸੇਵਾਵਾਂ 'ਚ ਇਸ ਪਿੰਡ ਨੂੰ ਦੇਣ ਵਾਸਤੇ? ਕਿੰਨੀਆਂ ਜਿਹੜੀਆਂ ਸੇਵਾਵਾਂ ਨੇ, ਕਿਸ ਤਰ੍ਹਾਂ ਦੀਆਂ ਸੇਵਾਵਾਂ ਤੁਹਾਨੂੰ ਦਿੰਦੇ ਹੋ ਇੱਥੇ? ਸਰ ਉਹਦੇ ਵਿੱਚ ਸਾਰੀਆਂ ਆ ਜਾਂਦੀਆਂ ਨੇ, ਜਿਵੇਂ ਮਾੜਾ ਮੋਟਾ ਕੋਈ ਟ੍ਰੀਟਮੈਂਟ ਹੋ ਗਿਆ, ਖੰਘ ਜੁਖਾਮਾਂ ਜਾਂ ਕੋਈ ਸੱਟ ਵੱਜ ਗਈ ਆ, ਕੋਈ ਇਨਫੈਕਸ਼ਨ ਹੋਈ ਹੋਈ ਆ, ਕਿਸੇ ਨੂੰ TV ਦੀ ਸ਼ਿਕਾਇਤ ਆ, ਕਿਸੇ ਨੂੰ BP ਦੀ ਸ਼ਿਕਾਇਤ ਆ, ਸ਼ੂਗਰ ਦੀ ਸ਼ਿਕਾਇਤ ਆ, ਜਾਂ ਕੋਈ ਹੋਰ ਕੈਂਸਰ ਵਗੈਰਾ, ਉਹਨਾਂ ਦੀ ਅਸੀਂ ਸਕਰੀਨਿੰਗ ਕਰਦੇ ਹਾਂ ਇੱਥੇ। ਸਕਰੀਨਿੰਗ ਕਰਕੇ ਦੇਖਦੇ ਹਾਂ ਵੀ ਜੇਕਰ ਕੋਈ ਪੇਸ਼ੈਂਟ ਲੱਗਦਾ ਵੀ ਪੋਜ਼ਿਟਿਵ ਆ, ਉਹਨੂੰ ਫਿਰ ਅਸੀਂ ਹਾਇਰ ਲੈਵਲ 'ਤੇ ਉਹਨੂੰ ਫਿਰ ਰੈਫਰ ਕਰਦੇ ਹਾਂ। ਤੁਹਾਡੇ ਆਲੇ ਦੁਆਲੇ ਵੀ ਬਹੁਤ ਪਿੰਡ ਨੇ, ਤੁਹਾਡਾ ਸਟਾਫ ਵੀ ਹੋਣਾ, ਕਦੇ ਹੋਰ ਪਿੰਡ 'ਚ ਇਸ ਤਰ੍ਹਾਂ ਸਮਾਗਮ ਹੋਇਆ ਜੀ ਹੁਣ ਤੱਕ? ਨਹੀਂ ਸਰ, ਨਹੀਂ, ਇਹ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ। ਮੇਰਾ ਖੁਦ ਦਾ ਪਿੰਡ ਵੀ ਇਹੀ ਹੈ, ਠੀਕ ਹੈ, ਅਤੇ ਮੈਂ ਜੋਬ ਰਾਜਗੜ੍ਹ ਕਰਦੀ ਹਾਂ, ਪਰ ਮੇਰਾ ਖੁਦ ਦਾ ਪਿੰਡ ਵੀ ਇਹੀ ਆ। ਬਹੁਤ ਵਧੀਆ ਨੇ, ਮੈਂ ਦੇਖਿਆ ਵਾ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ। ਪਹਿਲਾਂ ਜਿਵੇਂ ਸੜਕਾਂ ਟੁੱਟੀਆਂ ਹੋਈਆਂ ਸੀ ਸਾਰੀਆਂ, ਜਾਂ ਹੋਰ ਵੀ ਸੀ, ਬੂਟੇ ਲਾਉਣੇ ਆ, ਪੌਦੇ ਲਾਉਣੇ ਆ, ਸਾਰੇ ਕਿਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ। ਹਾਂਜੀ, ਮੇਰਾ ਨਾਮ ਕੁਲਵੰਤ ਕੌਰ ਹੈ। ਤੇ ਕਿੱਥੇ ਕੰਮ ਕਰਦੇ ਹੋ? ਮੈਂ ਪਿੰਡ ਅਜਨੌਰ ਨਰੇਗਾ ਵਿੱਚ ਕੰਮ ਕਰਦੇ ਹਾਂ, ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ, ਬਹੁਤ ਵਧੀਆ ਕੰਮ ਚੱਲ ਰਿਹਾ। ਵੈਸੇ ਲੋਕ ਇਹਨੂੰ ਸਨਮਾਨਤ ਨਹੀਂ ਦਿੰਦੇ, ਅਤੇ ਪਹਿਲੀ ਵਾਰ ਜਿਹੜਾ ਸੀਤੇ ਨੇ ਸਨਮਾਨਿਤ ਕੀਤਾ ਸਾਨੂੰ, ਸਰਪੰਚ ਨੇ ਸਨਮਾਨਿਤ ਕੀਤਾ ਵੀ ਨਰੇਗਾ ਵਾਲੀਆਂ ਬੀਬੀਆਂ ਲਈ। ਨਹੀਂ ਤਾਂ ਕੋਈ ਬੰਦਾ ਇਹੋ ਜਿਹਾ ਨਹੀਂ ਹੈਗਾ, ਜਾਣੀ ਕਿ ਕਈ ਵਿੱਚ ਇਹੋ ਜਿਹਾ ਵੀ ਜਿਹੜਾ ਨਹੀਂ ਸਮਝਦੇ ਚੰਗਾ ਨਰੇਗਾ ਨੂੰ, ਪਰ ਇਹਨਾਂ ਨੇ ਸਨਮਾਨਿਤ ਕੀਤਾ, ਬਹੁਤ ਵਧੀਆ। ਦੇਖਦੇ ਕਈ ਵਾਰੀ ਨਰੇਗਾ ਵਾਲਿਆਂ ਨੂੰ ਕੋਈ ਫੈਸਿਲਿਟੀਆਂ ਵੀ ਨਹੀਂ ਦਿੰਦੇ, ਕੋਈ ਸਹੂਲਤਾਂ ਨਹੀਂ ਦਿੰਦੇ ਹੈਗੇ, ਨਾ ਕੋਈ ਮਾਣ ਸਨਮਾਨ ਕਰਦਾ, ਉਹਨਾਂ ਨੂੰ ਮਜ਼ਦੂਰ ਸਮਝ ਕੇ ਨਾ ਬੜੇ ਭੇਦਭਾਵ ਵੀ ਕੀਤੇ ਜਾਂਦੇ ਨੇ। ਤੁਹਾਡੇ ਪਿੰਡ 'ਚ ਤੁਹਾਨੂੰ ਕੀ ਵੱਖਰੀਆਂ ਸਹੂਲਤਾਂ? ਹਾਂਜੀ, ਇਹ ਸੀਤੇ ਸਰਪੰਚ ਨੇ ਸਹੂਲਤਾਂ ਦਿੱਤੀਆਂ ਨੇ, ਵੈਸੇ ਸੁਖਜੀਤ ਇਸਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ, ਨਹੀਂ ਤਾਂ ਵੈਸੇ ਕੋਈ ਸਹੂਲਤ ਨਹੀਂ ਦਿੱਤੀ। ਅੱਜ ਕਈ ਸਰਪੰਚ ਬਣਿਆ, ਕਿਸੇ ਨੇ ਨਰੇਗਾ ਨੂੰ ਸਹੂਲਤ ਨਹੀਂ ਦਿੱਤੀ। ਨਰੇਗਾ ਵਰਕਰਾਂ ਨੂੰ ਤਕਰੀਬਨ ਕਈਆਂ ਦਾ ਸਾਹਮਣਾ ਕਰਨਾ ਪੈਂਦਾ, ਜਦੋਂ ਕੰਮ ਕਰਨ ਜਾਂਦੇ ਆ ਕਈ ਵਾਰ ਕੋਈ ਲੋਕ ਵੀ ਕਾਫੀ ਬੋਲਦੇ ਆ ਵੀ ਚੰਗਾ ਨਹੀਂ ਸਮਝਦੇ, ਯਾਨੀ ਕਿ ਸਿੱਤੇ ਨੇ ਸਨਮਾਨ ਕੀਤਾ। ਅੱਜ ਕਿੰਨੀ ਕੁ ਖੁਸ਼ੀ ਮਹਿਸੂਸ? ਅੱਜ ਬਹੁਤ ਖੁਸ਼ੀ ਹੋਈ ਆ ਜਦ ਸਾਨੂੰ ਨਰੇਗਾ ਵਾਲਿਆਂ ਨੂੰ ਸਨਮਾਨਿਤ ਕੀਤਾ, ਅਤੇ ਬਹੁਤ ਫਖਰ ਮਹਿਸੂਸ ਹੋਇਆ ਸਾਨੂੰ। ਅਤੇ ਬਾਕੀ ਹੋਰ ਪੰਜਾਬ 'ਚ ਵੀ ਜਿਹੜੇ ਨਰੇਗਾ ਵਰਕਰ ਨੇ ਪਿੰਡਾਂ 'ਚ, ਪੰਚਾਇਤਾਂ ਨੇ, ਉਹਨਾਂ ਨੂੰ ਕੀ ਕਹੋਗੇ? ਹਰੇਕ ਪਿੰਡ ਦੇ ਸਰਪੰਚ ਨੂੰ ਚਾਹੀਦਾ ਕਿ ਨਰੇਗਾ ਵਰਕਰਾਂ ਦਾ ਵੀ ਆਪਣਾ ਸਨਮਾਨਿਤ ਕਰਨ, ਠੀਕ ਹੈ ਜੀ। ਸਵਰਨਜੀਤ ਕੌਰ। ਤੁਹਾਡੇ ਬੇਟੇ ਕਿਹੜੇ ਪਿੰਡ ਦੇ ਸਰਪੰਚ ਨੇ? ਉਹ ਅਜਨੌਦ ਪਿੰਡ ਦੇ ਸੁਖਜੀਤ ਸਿੰਘ ਸਿੱਧੂ। ਅੱਜ ਜਿਹੜਾ ਸਨਮਾਨ ਦਾ ਸਮਾਗਮ ਰੱਖਿਆ ਗਿਆ, ਕਿਸ ਤਰ੍ਹਾਂ ਜਿਹੜੀ ਪਲਾਨਿੰਗ ਹੋਈ, ਕਿਸ ਤਰ੍ਹਾਂ ਸੋਚ ਆਈ ਜੀ? ਇਹ ਮੇਰੇ ਬੇਟੇ ਨੇ ਕਿਹਾ ਵੀ ਮੇਰੇ 5 ਸਾਲ ਪੂਰੇ ਹੋ ਗਏ, ਵੀ ਵਧੀਆ ਕੰਮ ਸਾਰੇ ਵਰਕਰਾਂ ਨੇ, ਪਿੰਡ ਨੇ ਵਧੀਆ ਸਾਥ ਦਿੱਤਾ, ਬਈ ਤੁਸੀਂ ਮੰਮੀ ਜੀ ਜਾਓ ਸਨਮਾਨ ਕਰੋ। ਅਤੇ ਬੇਟਾ ਹੁਣ ਕਿੱਥੇ ਰਹਿੰਦਾ ਜੀ? ਉਹ ਆਸਟ੍ਰੇਲੀਆ 'ਚ ਰਹਿੰਦਾ। ਤੇ ਤੁਸੀਂ ਹੁਣ ਕਿੱਥੋਂ ਆਏ ਸਨਮਾਨ ਕਰਨ ਲਈ? ਫਿਰ ਮੈਂ ਆਸਟ੍ਰੇਲੀਆ ਤੋਂ ਹੀ ਆਈ ਹਾਂ ਜੀ। ਤੇ ਜਦੋਂ 5 ਸਾਲ ਬੇਟਾ ਪਿੰਡ ਦੇ ਵਿਕਾਸ ਲਈ ਇੱਥੇ ਰਿਹਾ ਵਾ ਤੇ ਪਰਿਵਾਰ ਉੱਥੇ ਸੀਗਾ, ਉਸ ਤਰ੍ਹਾਂ ਕੀ ਮਹਿਸੂਸ ਕੀਤਾ? ਉਦੋਂ ਤਾਂ ਜੀ ਮਹਿਸੂਸ ਬਸ ਆਹੀ ਕਰਦੇ ਸੀ ਵੀ ਪਰੇ ਰਹਿੰਦਾ, ਪਰ ਉਹ ਫਿਰ ਵੀ ਮਨ ਨੂੰ ਖੁਸ਼ੀ ਹੁੰਦੀ ਸੀ ਵੀ ਉਹ ਪਿੰਡ ਦਾ ਵਿਕਾਸ ਕਰ ਰਿਹਾ, ਵੀ ਵਧੀਆ ਕੰਮ ਕਰ ਰਿਹਾ ਵਾ। ਤੇ ਅੱਜ ਜਦੋਂ ਆਏ ਹੋ ਪਿੰਡ ਦੇਖਿਆ ਵਾ ਜੀ, ਜਿਹੜੇ ਬੇਟੇ ਨੇ ਕੰਮ ਕੀਤੇ ਨੇ, ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਬਹੁਤ ਜੀ, ਇਦੋਂ ਵੱਧ ਕੀ ਖੁਸ਼ੀ ਹੋਣੀ ਹੈ ਮਹਿਸੂਸ ਜੀ, ਮਾਂ ਨੂੰ ਤਾਂ ਵੱਧਾ ਹੀ ਲੱਗਦਾ ਹੁੰਦਾ ਜੀ। ਬਹੁਤ ਵਧੀਆ ਮੇਰੇ ਬੇਟੇ ਨੇ ਕੰਮ ਕਰੇ, ਪਿੰਡ ਨੇ ਬਹੁਤ ਸਾਥ ਦਿੱਤਾ। ਹਾਂਜੀ, ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਆ ਜੀ। ਅੱਜ ਇਸ ਪਿੰਡ ਦੇ ਵਿੱਚ ਵੱਖਰੀ ਪਹਿਲ ਕੀਤੀ ਗਈ ਆ ਕਿ ਜਿਹਨੇ ਵੀ ਪਿੰਡ ਦੇ ਯੋਗਦਾਨ ਦੇ ਵਿੱਚ ਤਿਲ ਫੁੱਲ ਦਾ ਵੀ ਯੋਗਦਾਨ ਪਾਇਆ ਵਾ, ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ, ਕੀ ਮਹਿਸੂਸ ਕਰਦੇ ਹੋ? ਬੜੀ ਖੁਸ਼ੀ ਦੀ ਗੱਲ ਆ, ਜੋ ਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਹ ਪਹਿਲਾ ਪਿੰਡ ਹੋਊਗਾ ਜਿੱਥੇ ਪਿੰਡ ਨਾਲ ਸੰਬੰਧਿਤ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ। ਪਹਿਲਾਂ ਤਾਂ
ਸਾਰੇ ਚਾਹੇ ਉਹ ਵੈਟਰਨਰੀ ਵਾਲੇ ਨੇ, ਭਾਵੇਂ ਉਹ ਹੈਲਥ ਡਿਪਾਰਟਮੈਂਟ ਤੋਂ ਨੇ, ਚਾਹੇ ਉਹ ਵਾਟਰ ਐਂਡ ਸੈਨੀਟੇਸ਼ਨ ਦੇ ਨੇ, ਸਿੱਖਿਆ ਵਿਭਾਗ ਦੇ ਟੀਚਰ ਸਾਹਿਬਾਨ ਵੀ ਆਏ ਨੇ ਇੱਥੇ, ਅਤੇ ਆਂਗਨਵਾੜੀ ਟੀਚਰ ਸਾਹਿਬਾਨ ਵੀ ਆਏ ਨੇ, ਸਾਡੇ ਡਿਵੈਲਪਮੈਂਟ ਤੋਂ ਬੀ ਡੀ ਆਫਿਸ ਤੋਂ ਵੀ ਆਏ ਨੇ ਸਾਰੇ ਅਧਿਕਾਰੀ। ਸੋ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਕਿ ਤੁਸੀਂ ਸਾਡੇ ਨਾਲ 5 ਸਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਹੋ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਜਿਹੜੇ ਨਰੇਗਾ ਵਰਕਰ ਨੇ ਇੱਥੇ ਪਿੰਡ ਦੇ, ਗਰੀਬ ਘਰਾਂ 'ਚੋਂ ਆ ਕੇ ਕੰਮ ਕਰਦੇ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪਿੰਡ ਦੇ ਸਰਪੰਚ ਸਰਦਾਰ ਸੁਖਜੀਤ ਸਿੰਘ ਸੀਤਾ ਸਰਪੰਚ, ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਕਹਿੰਦੇ ਨੇ, ਸੋ ਉਹਨਾਂ ਵੱਲੋਂ ਬੜਾ ਖੁਸ਼ੀ ਦੀ ਗੱਲ ਆ ਵੀ ਇੱਦਾਂ ਹੋਣੇ ਚਾਹੀਦਾ ਵੀ ਜਿਨ੍ਹਾਂ ਜਿਸ ਤਰ੍ਹਾਂ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਨਰੇਗਾ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। 5 ਸਾਲ 'ਚ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਕੀ ਕੁਝ ਵੱਖਰਾ ਦੇਖਣ ਨੂੰ ਮਿਲਿਆ? ਦੇਖੋ ਇੱਥੇ ਵੱਖਰਾ ਹੀ ਵੱਖਰਾ ਹੈ, ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਕੰਮ ਇੱਥੇ ਜ਼ਿਆਦਾ ਕੋਈ ਰਹਿੰਦਾ ਹੋਊਗਾ, ਬਹੁਤ ਕੰਮ ਹੋਏ ਨੇ ਇੱਥੇ। ਸਭ ਤੋਂ ਪਹਿਲਾਂ ਵੱਖਰਾ ਕੰਮ ਕੀ ਕੀਤਾ ਇੱਥੇ ਜਿਹੜਾ ਮੇਰੇ ਮਨ ਨੂੰ ਆ, ਆਪਾਂ ਸਾਰੇ ਮੀਡੀਆ ਦੇ ਵਿੱਚ ਵੀ ਦੇਖਦੇ ਹਾਂ ਵੀ ਪਾਣੀ ਬਚਾਓ, ਪਾਣੀ ਨੂੰ ਬਚਾਉਣ ਲਈ ਇਹਨਾਂ ਨੇ ਕੀ ਕੀਤਾ, ਪਿਛਲੇ 3 ਸਾਲ ਤੋਂ 2 ਰੀਚਾਰਜ ਪਿੱਟ ਬਣਾਏ ਨੇ ਜਿਹੜੇ ਸਕੂਲ ਦੇ ਵਿੱਚ ਚੱਲ ਰਹੇ ਨੇ। ਸਕੂਲ ਦੇ ਜਿੰਨੀ ਛੱਤਾਂ ਦਾ ਪਾਣੀ ਆ ਉਹ ਸਾਰਾ ਨਾਲ ਦੀ ਨਾਲ ਰੀਚਾਰਜ ਪਿੱਟ ਵਿੱਚ ਜਾਂਦਾ, ਧਰਤੀ ਵਿੱਚ ਫਿਲਟਰ ਲਾ ਕੇ ਪਾਣੀ ਜਾਂਦਾ ਉਹ, ਅਤੇ ਇਵੇਂ ਜਿਵੇਂ ਗਰਾਊਂਡ ਦਾ ਪਾਣੀ ਆ, ਰਾਜੀਵ ਗਾਂਧੀ ਸੇਵਾ ਕੇਂਦਰ ਬਣਿਆ ਹੋਇਆ ਉਰੇ ਉਹਦਾ ਪਾਣੀ ਆ, ਛੱਤ ਦਾ ਜਿੰਨਾ ਪਾਣੀ ਆ ਸਾਰਾ ਰੀਚਾਰਜ ਪਿੱਟ ਰਾਹੀਂ ਧਰਤੀ ਦੇ ਵਿੱਚ ਜਾਂਦਾ। 2 ਰੀਚਾਰਜ ਪਿੱਟ ਬਣਾਏ ਹੋਏ ਨੇ ਜਿਹੜਾ ਇੱਥੇ ਦਾ ਨਵੇਕਲਾ ਕੰਮ ਸਰਪੰਚ ਸਾਹਿਬ ਨੇ ਕੀਤਾ, ਲਗਾਤਾਰ ਚੱਲ ਰਿਹਾ। ਹਾਂਜੀ, ਜਿਹੜਾ ਅੱਜ ਸਮਾਗਮ ਕੀਤਾ ਗਿਆ ਹੈ ਕਿ ਮਨਰੇਗਾ ਵਰਕਰ ਤੋਂ ਲੈ ਕੇ BDPO ਤੱਕ ਜਿਹਨੇ ਵੀ ਪਿੰਡ ਦੇ ਵਿਕਾਸ ਯੋਗਦਾਨ ਦਿੱਤਾ, ਹਾਂਜੀ, ਮਾਣ ਸਨਮਾਨ ਕੀਤਾ ਗਿਆ, ਕਿਸ ਤਰ੍ਹਾਂ ਦੇਖਦੇ ਹੋ ਇਸ ਸਮਾਗਮ ਨੂੰ ਜੀ? ਬਹੁਤ ਵਧੀਆ ਕੀਤਾ ਜੀ, ਸਰਪੰਚ ਸਾਹਿਬ ਨੇ ਜਿਹੜਾ ਇਹ ਪਰਵ ਆ ਉਹਨਾਂ ਨੇ ਕੀਤਾ, ਪਿੰਡ ਦੇ ਲੈਵਲ 'ਤੇ ਜਿੰਨੇ ਕੰਮ ਕੀਤੇ ਨੇ ਅਸੀਂ ਉਹਨਾਂ ਦੀ ਸਾਰਾ ਪਿੰਡ ਸ਼ਲਾਘਾ ਕਰਦੇ ਹਾਂ, ਕਿਉਂਕਿ ਉਹਨਾਂ ਨੇ, ਮੈਂ ਤਾਂ ਇਹ ਕਹੂੰਗਾ ਵੀ ਇੱਥੇ ਹੀ ਨਹੀਂ ਸੀ, ਮੈਂ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਰਹਿ ਕੇ ਉਹਨਾਂ ਦੇ ਮੈਚ ਵਗੈਰਾ ਕਬੱਡੀ ਦੇ ਨਾਲ ਨਾਲ ਬਹੁਤ ਮਸ਼ਹੂਰ ਨੇ ਉਹ, ਸਿਡਨੀ ਦੇ ਵਿੱਚ ਮੈਂ ਉਹਨਾਂ ਦੇ ਮੈਚ ਦੇਖੇ, ਬ੍ਰਿਸਬੇਨ 'ਚ ਉਹਨਾਂ ਦੇ ਮੈਚ ਦੇਖੇ, ਜਿੱਥੇ ਕਿ ਸਾਡੇ ਪਿੰਡ ਦਾ ਨਾਂ ਉਹਨਾਂ ਨੇ ਬੜਾ ਰੋਸ਼ਨ ਕੀਤਾ। ਔਰ ਪਿੰਡ ਦੇ ਵਿੱਚ ਜਿੰਨੇ 5 ਸਾਲ ਦੇ ਵਿੱਚ ਕੰਮ ਕੀਤੇ ਨੇ ਸਰਪੰਚ ਪਹਿਲਾਂ ਆਏ, ਉਹਨਾਂ ਨੇ ਆਪਣੇ ਲੈਵਲ 'ਤੇ ਬਹੁਤ ਕੰਮ ਕੀਤੇ ਨੇ, ਪਰ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਬਹੁਤ ਹੀ ਕੰਮ, ਸਾਡੇ ਚਾਹੇ ਨਰੇਗਾ ਦਾ ਕੰਮ ਸੀ, ਹੈਲਥ ਦਾ ਕੰਮ ਸੀ, ਸੈਨੀਟੇਸ਼ਨ ਦਾ ਕੰਮ ਸੀ, ਜਾਂ ਸਾਡੇ ਟੀਚਰ ਲਾਈਨ ਦਾ ਸਿੱਖਿਆ ਵਿਭਾਗ ਦਾ ਕੰਮ ਸੀ, ਅਤੇ BDOPO ਦਫ਼ਤਰ ਤੱਕ ਬਹੁਤ ਹੀ ਜਾ ਕੇ ਉਹਨਾਂ ਨੇ ਪਿੰਡ ਦੀ ਡਿਵੈਲਪਮੈਂਟ ਲਈ ਕੰਮ ਕਰਾਏ ਨੇ। ਹੋਰ ਸਰਪੰਚਾਂ ਨੂੰ ਕੀ ਅਪੀਲ ਕਰੋਗੇ? ਨਹੀਂ, ਹੋਰ ਸਰਪੰਚਾਂ ਨੇ ਆਪਣੇ ਟਰਮ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ, ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਮਾੜਾ ਕੀਤਾ, ਪਰ ਲੇਕਿਨ ਜਿਹੜੇ ਰਹਿੰਦੇ ਕੰਮ ਸੀ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਜਿਹੜੇ ਕੀਤੇ ਨੇ ਉਹਨਾਂ ਦੀ ਵੀ ਅਸੀਂ ਸ਼ਲਾਘਾ ਕਰਦੇ ਹਾਂ। ਪੰਜਾਬ ਦੇ ਹੋਰ ਸਰਪੰਚ? ਨਹੀਂ, ਹੋਰ ਪਿੰਡ ਦੇ, ਮੈਂ ਤਾਂ ਪੰਜਾਬ ਦੇ ਵਿੱਚ ਐਜ ਏ ਮੈਂ ਰੈਵਨਿਊ ਡਿਪਾਰਟਮੈਂਟ ਰਿਟਾਇਰਡ ਕਰਨ ਲੱਗੋ ਹਾਂ, ਅਤੇ ਮੈਂ ਤਾਂ ਕਿਤੇ ਤਕਰੀਬਨ ਡਿਸਟ੍ਰਿਕਟ ਲੁਧਿਆਣੇ ਦਾ ਮੈਂ ਪ੍ਰੈਜੀਡੈਂਟ ਵੀ ਰਿਹਾ, ਪਟਵਾਰੀ ਯੂਨੀਅਨ ਦਾ ਕਾਨੂੰਗੋ ਯੂਨੀਅਨ ਦਾ ਪ੍ਰੈਜੀਡੈਂਟ ਰਿਹਾ, ਮੈਂ ਕਿਤੇ ਜ਼ਿਲ੍ਹੇ ਦੇ ਵਿੱਚ ਤਾਂ ਮੈਂ ਕਿਤੇ ਦੇਖੇ ਨਹੀਂ, ਪੰਜਾਬ ਤਾਂ ਮੈਨੂੰ ਮੈਂ ਦਿਨ ਕਿਤੇ ਹੋਏ ਹੋਣ ਵੀ ਕਿਤੇ ਇੰਨੀ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਜਿੰਨਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਸਹਿਯੋਗ ਦੇ ਕੇ ਕੰਮ ਕੀਤਾ। ਔਰ ਮੁਲਾਜ਼ਮਾਂ ਨੇ ਬੜਾ ਸਾਡਾ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ, ਇਹ ਨਹੀਂ ਹੈ ਵੀ ਜੇ ਉਹ ਕੋਲ ਵੀ ਨਹੀਂ ਦੀ ਹੁੰਦੇ ਤਾਂ ਵੀ ਮੁਲਾਜ਼ਮ ਬਹੁਤ ਹੀ ਵਧੀਆ ਕੰਮ ਕਰਦੇ ਨੇ, ਚਾਹੇ ਉਹ ਹੈਲਥ ਵਾਲੇ ਹੋਣ, ਚਾਹੇ ਟੀਚਰ ਲਾਈਨ ਹੋਵੇ, ਚਾਹੇ ਸੈਨੀਟੇਸ਼ਨ ਦਾ ਕੰਮ ਹੋਵੇ, ਅਤੇ ਚਾਹੇ ਸਾਡੇ ਵੀਡੀਓ ਡਿਵੈਲਪਮੈਂਟ ਦਾ ਬਲਾਕ ਦਾ ਕੰਮ ਹੋਵੇ, ਉਹਨਾਂ ਨੇ ਆਪ ਜਾ ਕੇ ਖੁਦ ਲੋਕਾਂ ਤੋਂ ਕੰਮ ਬਹੁਤ ਵਧੀਆ ਕਰਾਏ ਨੇ। ਆਊਗਾ ਜਿਹੜਾ ਕਿ ਆ ਸਾਡੇ ਨਰੇਗਾ ਵਾਲੇ, ਬੜੇ ਗਰੀਬ ਪਰਿਵਾਰਾਂ 'ਚ ਹੁੰਦੇ ਨੇ, ਉਹ ਨਰੇਗਾ ਵਾਲਿਆਂ ਦੀ ਉਹਨਾਂ ਨੇ ਜਿੰਨੀ ਮਦਦ ਕੀਤੀ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ, ਸ਼ਾਇਦ ਇਹ ਕਿਤੇ